ਜਿਹੜੀ ਬੇਦਾਵੇ ਵਾਲੀ ਘਟਨਾ ਹੈ ਉਹ ਅਸਲ ਵਿੱਚ ਜਦੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੀਨਾ ਕੰਗੜ ਦੀ ਧਰਤੀ ਤੇ ਪਹੁੰਚਦੇ ਆ ਨਾ, ਇੱਥੋਂ ਚੱਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਣਾ, ਜਦੋਂ ਜਾਂਦਿਆਂ ਜਾਂਦਿਆਂ ਰੂਪਾਣਾ ਪਿੰਡ ਹੈ ਜਿਹੜਾ, ਇਹਦੇ ਕੋਲ ਬਿਲਕੁਲ ਇੱਕ ਰੋਹੀ ਹੈ, ਰੋਹੀ ਪਿੰਡ ਦੀ ਹੱਦ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਕਾਫਲੇ ਨਾਲ ਤੁਰੇ ਜਾਂਦੇ ਨੇ। ਇਹਨੇ ਨੂੰ ਪਤਾ ਲੱਗਿਆ ਕਿ ਮਾਝੇ ਦੀ ਪੰਚਾਇਤ ਇਕੱਠੀ ਹੋ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਆ ਰਹੀ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਇੱਥੇ ਹੀ ਰੁਕ ਗਏ। ਰੁਪਾਣਾ ਪਿੰਡ ਬਿਲਕੁਲ ਰੋਹੀ ਨਾਲ ਹੈ, ਇੱਥੇ ਆ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਰੁਕ ਜਾਂਦੇ ਹੈ। ਮਾਝੇ ਦੀ ਜਿਹੜੀ ਪੰਚਾਇਤ ਆ ਉਹ ਵੀ ਪਹੁੰਚ ਗਈ। ਕਹਿੰਦੇ ਉਹਨਾਂ ਨੇ ਆਉਣ ਸਾਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਬੱਚਿਆਂ ਬਾਰੇ ਪੁੱਛਿਆ, ਕਹਿਣ ਲੱਗੇ ਦਾਤਾ ਅਸੀਂ ਸੁਣਿਆ ਕਿ ਆਪ ਜੀ ਦੇ ਦੋ ਲਾਲ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ। ਦੋ ਲਾਲ ਸਰਹੰਦ ਦੇ ਵਜ਼ੀਰ ਖਾਂ ਨੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ, ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕਰ ਦਿੱਤਾ। ਮਾਲਕ ਜੀ ਬੜੇ ਹੋਰ ਵੀ ਸਿੱਖ ਹੈ ਜਿਹੜੇ ਸ਼ਹੀਦੀਆਂ ਪਾ ਗਏ ਅਸੀਂ ਸੁਣਿਆ। ਧੰਨ ਗੁਰੂ ਕਲਗੀਧਰ ਪਾਤਸ਼ਾਹ ਸਾਨੂੰ ਇਸ ਗੱਲ ਦਾ ਬਹੁਤਾ ਦੁੱਖ ਹੈ, ਪਰ ਨਾਲ ਨਾਲ ਇੱਕ ਗੱਲ ਕਰਦੇ ਹੈ, ਕਹਿਣ ਲੱਗੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਸਾਡੀ ਲਾਹੌਰ ਸਰਕਾਰ ਨਾਲ ਵੀ ਬਣਦੀ ਹੈ ਅਤੇ ਦਿੱਲੀ ਦਰਬਾਰ ਨਾਲ ਵੀ ਬਣਦੀ ਹੈ। ਅਸੀਂ ਤੁਹਾਡਾ ਆਪਸ ਵਿੱਚ ਦੀ ਸਮਝੌਤਾ ਕਰਾ ਲੈਂਦੇ ਹਾਂ, ਦੇਖੋ ਤੁਸੀਂ ਕਿੰਨਾ ਨੁਕਸਾਨ ਕਰਾ ਲਿਆ, ਹੋਰ ਨੁਕਸਾਨ ਹੁੰਦਾ ਜਾ ਰਿਹਾ। ਤਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹ ਜਿਹੜੇ ਮਝੈਲੀਏ ਆਏ ਸੀ, ਮਾਝੇ ਦੀ ਪੰਚਾਇਤ ਆਈ ਸੀ, ਉਹਨਾਂ ਨੂੰ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਕਹਿ ਦਿੱਤਾ, ਕਹਿਣ ਲੱਗੇ ਜਦੋਂ ਮੇਰੇ ਪਿਤਾ ਨੂੰ ਦਿੱਲੀ ਦੇ ਚਾਂਦਨੀ ਚੌਂਕ ਅੰਦਰ ਸ਼ਹੀਦ ਕੀਤਾ ਗਿਆ ਉਦੋਂ ਤੁਸੀਂ ਕਿੱਥੇ ਸੀ? ਜਦੋਂ ਭੁੱਖਣ ਭਾਣੇ ਗੁਰੂ ਕੇ ਸਿੱਖਾਂ ਉੱਤੇ ਚਮਕੌਰ ਦੀ ਗੜੀ ਅੰਦਰ ਹਮਲਾ ਕੀਤਾ ਗਿਆ, ਵਾਅਦੇ ਕਰਕੇ ਇਹ ਮੁਕਰੇ, ਉਦੋਂ ਤੁਸੀਂ ਕਿੱਥੇ ਸੀ? ਜਦੋਂ ਮੇਰੇ ਛੋਟੇ ਛੋਟੇ ਲਾਲਾਂ ਨੂੰ ਵਜ਼ੀਰ ਖਾਨ ਨੇ ਕੋਹ ਕੋਹ ਕੇ ਸ਼ਹੀਦ ਕੀਤਾ, ਬੜੇ ਤਸੀਹੇ ਦਿੱਤੇ, ਠੰਡੇ ਬੁਰਜ ਵਿੱਚ ਤਸੀਹੇ ਦਿੰਦਾ ਰਿਹਾ, ਉਦੋਂ ਤੁਸੀਂ ਕਿੱਥੇ ਸੀ? ਮਾਲਕ ਜੀ ਕਹਿੰਦੇ ਜਿੱਥੋਂ ਤੁਸੀਂ ਆਏ ਹੋ ਭਲਿਓ ਚਲੇ ਜਾਓ। ਅਤੇ ਇੱਥੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਹੈ ਜੇ ਤੁਸੀਂ ਨਿਭਾ ਸਕਦੇ ਹੋ ਤਾਂ ਠੀਕ ਹੈ, ਨਹੀਂ ਤਾਂ ਆਪਣੇ ਘਰ ਵਾਪਸ ਚੱਲੋ। ਅਤੇ ਇੱਥੇ ਨਾਲ ਹੀ ਭਾਈ ਮਾਨ ਸਿੰਘ ਨਿਸ਼ਾਨਚੀ ਹੈ ਜਿਹੜਾ ਹਰ ਸਮੇਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਜੰਗ ਯੁੱਧਾਂ ਨੂੰ ਚੱਲਦੇ ਅਤੇ ਸਭ ਤੋਂ ਪਹਿਲਾਂ ਇਹ ਨਿਸ਼ਾਨ ਸਾਹਿਬ ਚੁੱਕ ਕੇ ਅਤੇ ਅੱਗੇ ਤੁਰਿਆ ਕਰਦਾ ਸੀ, ਜਿਹਨੂੰ ਭਾਈ ਮਾਨ ਸਿੰਘ ਨਿਸ਼ਾਨਚੀ ਕਹਿੰਦੇ ਆ। ਪਿਆਰਿਓ, ਐਡਾ ਵੱਡਾ ਸਿਦਕ ਦਾ ਪੱਕਾ ਭਾਈ ਮਾਨ ਸਿੰਘ, ਜਦੋਂ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਇੱਕ ਵਾਰੀ ਹਮਲਾ ਹੋਇਆ, ਉਦੋਂ ਵੀ ਅਜਮੇਰ ਚੰਦ ਨੇ ਹਮਲਾ ਕੀਤਾ ਸੀ, ਅਜਮੇਰ ਚੰਦ ਨੇ ਹਮਲਾ ਕੀਤਾ ਅਤੇ ਭਾਈ ਮਾਨ ਸਿੰਘ ਨਿਸ਼ਾਨ ਸਾਹਿਬ ਚੁੱਕਿਆ ਅਤੇ ਅੱਗੇ ਨੂੰ ਤੁਰਿਆ ਆ ਰਿਹਾ। ਭਾਈ ਮਾਨ ਸਿੰਘ ਜੀ 'ਤੇ ਹਮਲਾ ਹੋਇਆ, ਅਜਮੇਰ ਚੰਦ ਕਹਿੰਦਾ ਮਾਨ ਸਿੰਘ ਇਹ ਨਿਸ਼ਾਨ ਨੂੰ ਥੱਲੇ ਕਰ, ਕਿਉਂਕਿ ਜਿਹੜਾ ਸਾਡਾ ਹਕੂਮਤ ਦਾ ਝੰਡਾ ਹੈ ਇਹਦੇ ਬਰਾਬਰ ਕੋਈ ਹੋਰ ਨਹੀਂ ਚੁਲਾ ਸਕਦਾ, ਇਸ ਝੰਡੇ ਨੂੰ, ਇਸ ਨਿਸ਼ਾਨ ਨੂੰ ਥੱਲੇ ਕਰ। ਤਾਂ ਭਾਈ ਮਾਨ ਸਿੰਘ ਜੀ ਨੇ ਕਹਿ ਦਿੱਤਾ ਵੀ ਇਹ ਝੰਡਾ, ਇਹ ਨਿਸ਼ਾਨ ਕਦੇ ਨੀਵਾਂ ਨਹੀਂ ਹੋਵੇਗਾ। ਕਹਿੰਦੇ ਉਸ ਸਮੇਂ ਇੰਨੇ ਵੱਡੇ ਹੰਕਾਰ ਦੇ ਬੋਲ ਬੋਲੇ, ਤੈਨੂੰ ਆਪਣੇ ਮੋਢਿਆਂ 'ਤੇ ਮਾਣ ਹੈ, ਮੈਂ ਤੇਰੀਆਂ ਦੋਨਾਂ ਬਾਹਾਂ ਨੂੰ ਕੱਟ ਦੇਵਾਂਗਾ। ਭਾਈ ਮਾਨ ਸਿੰਘ ਦੇ ਬੋਲ ਸੀ, ਕਹਿੰਦਾ ਜੇ ਤੂੰ ਮੇਰੀਆਂ ਬਾਹਾਂ ਨੂੰ ਕੱਟ ਦੇਵੇਂਗਾ ਮੈਂ ਆਪਣੇ ਪੈਰਾਂ ਨਾਲ ਇਸ ਨਿਸ਼ਾਨ ਨੂੰ ਪਕੜ ਲਵਾਂਗਾ ਪਰ ਡਿੱਗਣ ਨਹੀਂ ਦੇਵਾਂ। ਉਹ ਕਹਿੰਦਾ ਮੈਂ ਤੇਰੀਆਂ ਦੋਨੇ ਲੱਤਾਂ ਨੂੰ ਵੜ ਦੇਵਾਂਗਾ। ਫਿਰ ਕਹਿਣ ਲੱਗਾ ਮੈਂ ਮੁੱਖ ਨਾਲ ਫੜ ਲਵਾਂਗਾ, ਆਪਣੇ ਮੂੰਹ ਨਾਲ ਨਿਸ਼ਾਨ ਸਹਿ ਫੜ ਲਵਾਂਗਾ ਪਰ ਡਿੱਗਣ ਨਹੀਂ ਦੇਵਾਂਗਾ। ਅਤੇ ਅਜਮੇਰ ਚੰਦ ਬੜੇ ਹੰਕਾਰ ਦੇ ਬੋਲ ਬੋਲਦਾ ਕਹਿੰਦਾ
ਤੈਨੂੰ ਇੰਨਾ ਮਾਣ ਹੈ ਪਰ ਜੇ ਮੈਂ ਤੇਰੀ ਗਰਦਨ ਨੂੰ ਕੱਟ ਦਿੱਤਾ ਫਿਰ ਕਹਿੰਦਾ ਮੈਂ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੂੰਗਾ ਕਲਗੀ ਵਾਲਿਆ ਤੂੰ ਆਪਣਾ ਨਿਸ਼ਾਨ ਸਾਹਿਬ ਕਿਰਪਾ ਕਰਕੇ ਆਪ ਬਚਾ। ਕਹਿੰਦੇ ਫਿਰ ਬਚਾਇਆ। ਪਿਆਰਿਓ ਪਰ ਦੁੱਖ ਇਸ ਗੱਲ ਦਾ ਵੀ ਅਸੀਂ ਅੱਜ ਨਿਸ਼ਾਨ ਸਾਹਿਬ ਸਿੱਖ ਅਖਵਾਉਣ ਵਾਲੇ ਲੋਕਾਂ ਨੇ ਹੀ ਅੱਜ ਗੁਰੂ ਘਰਾਂ ਦੇ ਵਿੱਚੋਂ ਨਿਸ਼ਾਨ ਸਾਹਿਬ ਹੈ ਜਿਹੜੇ ਉਹ ਪੱਟ ਕੇ ਰੱਖ ਦਿੱਤੇ। ਇੱਕ ਪਾਸੇ ਸ਼ਹੀਦੀਆਂ ਹੋਈਆਂ ਨਿਸ਼ਾਨ ਸਾਹਿਬ ਨੂੰ ਬਚਾਉਣ ਵਾਸਤੇ, ਜਿਹੜੀ ਕੌਮ ਦਾ ਚਿੰਨ੍ਹ ਖਤਮ ਹੋ ਜਾਂਦਾ, ਜਿਹੜੀ ਕੌਮ ਦਾ ਨਿਸ਼ਾਨ ਖਤਮ ਹੋ ਜਾਂਦਾ, ਚੇਤਾ ਰੱਖਿਓ ਉਹਦੀ ਆਪਣੀ ਪਛਾਣ ਹੈ, ਉਹ ਥੋੜ੍ਹੇ ਟਾਈਮ ਵਿੱਚ ਮਿਟ ਜਾਂਦੀ ਹੈ। ਅੱਜ ਤੁਹਾਡੇ ਸਾਹਮਣੇ ਨਿਸ਼ਾਨ ਖਤਮ ਕੀਤੇ ਜਾ ਰਹੇ ਨੇ ਧਰਮ ਦੇ ਨਾਂ ਦੇ ਉੱਤੇ, ਜਿੱਥੇ ਧਰਮ ਦੇ ਨਾਂ ਦੇ ਉੱਤੇ ਲੁੱਟਿਆ ਜਾਂਦਾ, ਠੱਗੀਆਂ ਮਾਰੀਆਂ ਜਾਂਦੀਆਂ ਨੇ, ਉੱਥੇ ਅੱਜ ਧਰਮ ਦੇ ਨਾਂ 'ਤੇ ਗੁਰੂ ਕੇ ਕਕਾਰਾਂ ਨੂੰ, ਗੁਰੂ ਦੇ ਨਿਸ਼ਾਨ ਨੂੰ ਵੀ ਖਤਮ ਕੀਤਾ ਜਾ ਰਿਹਾ। ਆਓ ਮੈਂ ਬੇਨਤੀ ਕਰਿਆ ਸੀ, ਭਾਈ ਮਾਨ ਸਿੰਘ ਨਿਸ਼ਾਨ ਜੀ ਨੇ ਕਾਗਜ਼ ਕੱਢਿਆ, ਪਿੰਨ ਕੱਢਿਆ ਅਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਇਹਨਾਂ ਨੂੰ ਕਹਿੰਦੇ ਆ, ਜਿਹੜੀ ਮਾਝੇ ਦੀ ਪੰਚਾਇਤ ਆਈ ਹੈ, ਮਝਾਇਲ ਆਏ ਹੈ, ਕਹਿੰਦੇ ਤੁਸੀਂ ਇਹ ਸ਼ਬਦ ਲਿਖ ਦੇਵੋ ਕਿ ਸਾਥੋਂ ਨਹੀਂ ਨਿਭ ਸਕਦੀ। ਕਹਿੰਦੇ ਇਹਨਾਂ ਦੇ ਵਿੱਚ ਭਾਈ ਭਾਗ ਸਿੰਘ ਅਤੇ ਭਾਈ ਦਿਲਬਾਗ ਸਿੰਘ, ਜਿਹੜੀ ਇਸਤਰੀ ਨੂੰ, ਜਿਹੜੀ ਬੀਬੀ ਨੂੰ ਆਪਾਂ ਬੜੇ ਮਾਣ ਨਾਲ ਯਾਦ ਕਰਦੇ ਹਾਂ, ਮਾਈ ਭਾਗੋ, ਸਾਡੀਆਂ ਭੈਣਾਂ ਨੂੰ ਬੇਨਤੀ ਹੈ ਕਿ ਤੁਸੀਂ ਥੋੜ੍ਹਾ ਜਿਹਾ ਧਿਆਨ ਨਾਲ ਜ਼ਰੂਰ ਸੁਣ ਲਿਓ। ਮਾਈ ਭਾਗੋ, ਇਹ ਭਾਈ ਵਾਗ ਸਿੰਘ ਅਤੇ ਭਾਈ ਦਿਲਬਾਗ ਸਿੰਘ ਮਾਈ ਭਾਗੋ ਦੇ ਭਰਾ ਨੇ। ਇਹਨਾਂ ਦੇ ਵਿੱਚ ਹੀ ਇੱਕ ਭਾਈ ਨਿਧਾਨ ਸਿੰਘ ਹੈ ਜਿਹੜਾ ਕਿ ਮਾਈ ਭਾਗੋ ਦਾ ਪਤੀ ਹੈ। ਇਹਨਾਂ ਤਿੰਨਾਂ ਨੇ ਜਦੋਂ ਇਨਕਾਰ ਕੀਤਾ, ਭਾਈ ਭਾਗ ਸਿੰਘ ਨੇ ਦੋ ਸ਼ਬਦ ਲਿਖ ਦਿੱਤੇ, ਅਸੀਂ ਤੇਰੇ ਨਾਲ ਨਹੀਂ ਨਿਭਾ ਸਕਦੇ ਜੇ ਤੂੰ ਇੰਜ ਚੱਲਣਾ ਹੈ। ਤਾਂ ਗੁਰੂ ਕੇ ਪਿਆਰਿਓ, ਧੰਨ ਗੁਰੂ ਕਲਗੀਧਰ ਪਾਤਸ਼ਾਹ ਸਿੱਖਾਂ ਦੇ ਨਾਲ ਰੋਹੀ ਪਿੰਡ ਤੋਂ ਅੱਗੇ ਤੁਰਦੇ ਨੇ, ਤਾਂ ਪਿੱਛੋਂ ਮਾਈ ਭਾਗੋ ਨੇ, ਉਸ ਸਮੇਂ ਆਪਣੇ ਹੱਥ ਵਿੱਚ ਜਿਹੜਾ ਪੱਲਾ ਪਕੜਿਆ ਹੋਇਆ ਸੀ, ਆਕਾਸ ਦੇ ਵੱਲ ਖਿਲਾਰ ਕੇ, ਉਲਾਰ ਕੇ ਇਹ ਬੋਲ ਕਹੇ ਸੀ, ਕਹਿਣ ਲੱਗੀ ਜਦੋਂ ਸੁੱਖ ਦਾ ਸਮਾਂ, ਉਦੋਂ ਤਾਂ ਗੁਰੂ ਦੇ ਕੋਲੇ ਵੜੇ ਆ ਕੇ ਬਹਿੰਦੇ ਸੀ, ਪਰ ਅੱਜ ਵਕਤ ਦਾ ਸਮਾਂ ਵੇ ਗੁਰੂ ਨੂੰ ਛੱਡ ਕੇ ਜਾ ਰਹੇ ਹੋ, ਆਉਣ ਵਾਲੇ ਸਮੇਂ ਤੱਕ ਲਾਣਤਾਂ ਇਤਿਹਾਸ ਪਾਵੇਗਾ, ਸਾਡੀ ਆਉਣ ਵਾਲੀਆਂ ਪੀੜ੍ਹੀਆਂ ਉਲਾਣਤਾਂ ਦੇਣਗੀਆਂ, ਉਲਾਂਭੇ ਦੇਣਗੀਆਂ, ਅੱਜ ਲੋੜ ਹੈ। ਪਹਿਲਾਂ ਸਾਡੇ ਉੱਤੇ ਦੁਨੀ ਚੰਦ ਨੇ ਏਡਾ ਵੱਡਾ ਕਲੰਕ ਲਾ ਦਿੱਤਾ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕੰਧ ਟੱਪ ਕੇ ਭੱਜਣ ਲੱਗੀ ਹੈ, ਉਹੀ ਕਲੰਕ ਅਜੇ ਲੈਂਦਾ ਨਹੀਂ ਅਤੇ ਤੁਸੀਂ ਦੂਜਾ ਲਾ ਚੱਲੇ ਹੋ। ਇਹ ਬੋਲ ਮਾਈ ਭਾਗੋ ਨੇ ਕਹੇ। ਗੁਰੂ ਕੇ ਪਿਆਰਿਓ, ਤਾਂ ਉਸ ਸਮੇਂ ਜਦੋਂ ਪੱਲਾ ਮਾਰਿਆ, ਸਾਰੇ ਸਿੰਘ ਮਾਈ ਭਾਗੋ ਦੇ ਪਿੱਛੇ ਤੁਰੇ ਅਤੇ ਫਿਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ ਪਹਿਲਾਂ ਹੀ ਖਦਰਾਣੇ ਦੀ ਢਾਬ 'ਤੇ ਜਾ ਕੇ ਡੇਰੇ ਲਾ ਲਏ। ਪਤਾ ਲੱਗਿਆ ਕਿ ਸਰਹੰਦ ਦਾ ਜਿਹੜਾ ਵਜ਼ੀਰ ਖਾਂ, ਜਿਹਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਬੱਚਿਆਂ ਨੂੰ ਸ਼ਹੀਦ ਕੀਤਾ, ਇਹ ਇੱਥੇ ਆ ਰਿਹਾ। ਪਿਆਰਿਓ, ਸਭ ਤੋਂ ਪਹਿਲਾਂ ਇਹਨਾਂ 40 ਸਿੰਘਾਂ ਨੇ, ਜਿਨ੍ਹਾਂ ਨੇ ਇਹ ਕਿਹਾ ਸੀ ਸਾਥੋਂ ਨਹੀਂ ਨਿਭਦੀ, ਅਤੇ ਇਹਨਾਂ ਨੇ ਜਾ ਕੇ ਸ਼ਹੀਦੀਆਂ ਦਿੱਤੀਆਂ। ਅਤੇ ਜਿਸ ਸਮੇਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਵੇਖਿਆ ਕਿ ਉਹ ਸਿੰਘ ਸ਼ਹੀਦ ਹੋ ਗਏ ਜਿਨ੍ਹਾਂ ਨੇ ਇਹ ਕਿਹਾ ਸੀ ਸਾਥੋਂ ਨਹੀਂ ਨਿਭਣੀ, ਤਾਂ ਪਿਆਰਿਓ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਪਿਆਰ ਨਾਲ ਜਦੋਂ ਇੱਕ ਇੱਕ ਸਿੱਖ ਦਾ ਮੁੱਖੜਾ ਚੁੰਮਿਆ, ਅੱਲਾ ਯਾਰ ਖਾਂ ਚਮਕੌਰ ਦੀ ਗੜੀ ਦਾ ਹਵਾਲਾ ਦਿੰਦੇ ਹੋਏ ਬੜਾ ਪਿਆਰਾ ਜਿਹਾ ਇਤਿਹਾਸ ਬਿਆਨ ਕਰਦੇ ਆ, ਧੰਨ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਸਿੱਖਾਂ ਨੂੰ ਕਿੰਨਾ ਪਿਆਰ ਕਰਦੇ ਨੇ। ਪਿਆਰਿਓ ਸੁਣਿਓ, ਇੱਥੇ ਵੀ ਖੁਦਰਾਣੀ ਦੀ ਢਾਬ 'ਤੇ ਕਿੰਨਾ ਪਿਆਰ ਕੀਤਾ, ਆਪਣੇ ਸਿੱਖਾਂ ਦੇ ਮੁਖੜਿਆਂ ਨੂੰ ਚੁੰਮਿਆ, ਆਪਣੇ ਸਿੱਖਾਂ ਦੇ ਚਿਹਰਿਆਂ ਨੂੰ ਚੁੰਮਿਆ। ਧੰਨ ਗੁਰੂ ਕਲਗੀਧਰ ਪਾਤਸ਼ਾਹ ਖੁਦਰਾਣੀ ਦੀ ਢਾਬ 'ਤੇ ਸ਼ਹੀਦ ਹੋਏ ਸਿੰਘਾਂ ਦੇ ਚਿਹਰਿਆਂ ਨੂੰ ਵੇਖਦਿਆਂ ਵੇਖਦਿਆਂ ਅੱਗੇ ਜਾ ਕੇ ਵੇਖਿਆ ਭਾਈ ਮਹਾਂ ਸਿੰਘ, ਕਹਿੰਦੇ ਥੋੜ੍ਹੇ ਥੋੜ੍ਹੇ ਸਵਾਦ ਚੱਲਦੇ ਹੈ, ਜਿਹਦੇ ਕੋਲੇ ਇਹ ਬੇਨਤੀ ਦੇ ਬੋਲ ਸੀ
ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਪੁੱਛਿਆ, ਭਾਈ ਮਹਾਂ ਸਿੰਘ ਦੱਸ ਤੇਰੇ ਮਨ ਦੀ ਭਾਵਨਾ ਕੀ ਹੈ? ਕਹਿਣ ਲੱਗਾ, ਧੰਨ ਗੁਰੂ ਕਲਗੀਧਰ ਪਾਤਸ਼ਾਹ, ਆਪ ਜੀ ਦੇ ਦਰ ਤੋਂ ਇੱਕੋ ਇੱਕ ਚੀਜ਼ ਮੰਗ ਰਿਹਾ ਹਾਂ, ਬਸ ਜਿਹੜਾ ਬੇਦਾਵਾ ਅਸੀਂ ਸਾਡੀ ਗਲਤੀ ਕਰਕੇ ਲਿਖਿਆ ਗਿਆ ਇਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਉਹ ਬੇਦਾਵਾ ਪਾੜ ਦਿਓ, ਬੇਦਾਵਾ ਪਾੜ ਦਿਓ। ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਕਮਰ ਕਸੇ ਦੇ ਵਿੱਚੋਂ ਉਹ ਕਾਗਜ਼ ਕੱਢਿਆ ਅਤੇ ਭਾਈ ਮਹਾਂ ਸਿੰਘ ਦੇ ਕੋਲ ਉਹ ਬੇਦਾਵਾ ਪਾੜਿਆ। ਪਿਆਰਿਓ, ਬੇਨਤੀ ਹੈ ਕਿ ਬੇਦਾਵਾ ਸਿੰਘਾਂ ਨੇ ਲਿਖਿਆ, ਰੂਪੇ ਆਣਾ ਰੋਹੀ ਪਿੰਡ ਦੇ ਬਿਲਕੁਲ ਸਾਈਡ ਦੇ ਉੱਤੇ, ਪਰ ਮੈਂ ਬੇਨਤੀ ਕਰਦਾ ਉਹਨਾਂ ਨੇ ਬੇਦਾਵਾ ਲਿਖਿਆ ਅਤੇ ਉਹਨਾਂ ਨੇ ਪੜਵਾ ਲਿਆ, ਪਰ ਅਸੀਂ ਤਾਂ ਰੋਜ਼ਾਨਾ ਬੇਦਾਵਾ ਲਿਖਦੇ ਹਾਂ, ਪੜਾਉਣ ਲਈ ਕੋਈ ਉਪਰਾਲਾ ਹੀ ਨਹੀਂ ਕੀਤਾ।